ਬਹੁਤ ਅਹਿਮ ਰੈਲੀ ਹੈ ਯਾਰ, ਸਾਰਾ ਕੁਛ ਲਾ ਦਿਓ, ਘਰ ਵਾਲੀਆਂ ਵੀ ਨਾਲ ਹੀ ਲੈ ਜਾਓ, ਸਿੰਘਣੀਆਂ ਵੀ ਲਾ ਲਿਓ। ਕਿਤੇ ਐਂ ਨਾ ਹੋਇਆ ਕਿ ਕੱਲੀ ਕੱਲੇ ਬੰਦੇ ਦੇਖਣੇ ਦਾ ਮਤਲਬ ਸਾਰੇ ਛੜੇ ਹੋ ਜਾਣਗੇ। ਮੈਂ ਦੇਖਣਾ ਜਿਹੜਾ ਜਿਹਦੀ ਘਰ ਵਾਲੀ ਨਹੀਂ ਆਈ ਨਾ, ਉਹ ਕੰਮ ਉਹਦਾ ਸਸਪੈਂਡ ਹੈ ਅਕਾਲੀ ਦਲ ਦਾ, ਮੈਨੂੰ ਵੀ ਪੁਰਾਣੀ ਬਣੀ ਆਪਣੀ। ਕੋਲੇ ਦੀ ਕੋਈ ਪ੍ਰੋਬਲਮ ਨਹੀਂ ਹੈ, ਵਾਧੂ ਕੋਲ ਹੈ। ਆ ਬਿਜਲੀ ਜਿਹੜੇ ਕੱਟ ਹੈ ਇਹਨਾਂ ਦਾ ਕਾਰਨ ਹੈਗਾ ਕੋਲਾ। ਕੋਲਾ ਅਵੇਲੇਬਲ ਨਹੀਂ, ਵਾਧੂ ਕੋਲ ਹੈ। ਕੋਲਾ ਅਵੇਲੇਬਲ ਨਹੀਂ, ਵਾਧੂ ਕੋਲ ਹੈ। ਕੋਲਾ ਅਵੇਲੇਬਲ ਨਹੀਂ, ਜੇ ਅੱਗ ਬੁਲਾਉਣ ਵਾਸਤੇ ਚਾਹੀਦਾ ਮੈਨੂੰ ਦੱਸ। ਜਗ੍ਹਾ ਮੈਨੂੰ ਲੱਗਦਾ ਬੜੀ ਕਾਮਯਾਬ ਹੈ, ਅਕਾਲੀ ਦਲ ਦਾ ਦਫ਼ਤਰ ਬਣ ਸਕਦਾ ਵਿੱਚ ਹੀ। ਇੱਕ ਮਿੰਟ, ਤੁਸੀਂ ਮੁੱਖ ਮੰਤਰੀ 5 ਸਾਲ ਕੁਛ ਨੀ ਕੀਤਾ, ਕਿੰਨੀ ਵਾਰ ਇੱਕ ਮਿੰਟ ਦੱਸੋ, 5 ਸਾਲ ਮੁੱਖ ਮੰਤਰੀ ਸੀ, ਕਿੰਨੀ ਵਾਰ ਅੰਮ੍ਰਿਤਸਰ ਆਏ? ਗਰਮੀ ਨਾ ਇੰਨੀ ਨਾ, ਪਰ ਇੱਥੇ ਬੈਠੇ ਆ, ਸ਼ਾਮ ਤੱਕ ਇੱਥੇ ਗੱਲਾਂ ਕਰਾਂਗੇ ਆਪਾਂ। ਅੰਮ੍ਰਿਤਸਰ ਸ਼ਹਿਰ ਦਾ ਤੁਸੀਂ ਫਰਕ ਦੇਖ ਨੀ ਦੇ, ਕਿਸੇ ਨੇ ਮੇਰੇ ਪਿੱਛੇ ਨੀ ਆਉਣਾ, ਨਾ ਕੋਈ ਸਿਕਿਉਰਿਟੀ, ਕੋਈ ਬੰਦਾ ਮੇਰੇ ਪਿੱਛੇ। ਅੱਛਾ, ਸਿਕਿਉਰਿਟੀ ਵਾਲੇ ਕਿਹੜੇ ਆ ਯਾਰ? ਇਹ ਇਨਸ਼ੋਰ ਕਰੋ ਕਿ ਮੇਰੇ ਫਰੇਮ ਮੇ ਕੋਈ ਸਿਕਿਉਰਿਟੀ ਕੋਈ ਨਹੀਂ ਆਉਣੀ ਚਾਹੀਦੀ, ਕੋਈ ਵੀ ਕੋਈ ਆਦਮੀ ਵੀ ਨਹੀਂ ਆਉਣਾ ਚਾਹੀਦਾ। ਹੈਂ, ਪਤਾ ਨਹੀਂ ਲੱਗਦਾ ਕਿ ਮੈਂ ਡਿਪਟੀ ਸੀ ਐਮ ਕਿ ਪਿੱਛੇ ਵਾਲੇ ਲੱਭਣਾ। ਆਹ ਜਿਹੜੇ ਲੋਕ ਦੀਆਂ ਸੜਕਾਂ ਦੇ ਟੋਏ ਟੋਏ ਪੈ ਜਾਂਦੇ ਸੀ ਨਾ, ਤੁਸੀਂ ਦੇਖਿਆ ਟੁੱਟ ਜਾਂਦੀਆਂ ਸੀ, ਹੁਣ 40 ਸਾਲ ਭਾਵੇਂ ਬੰਬ ਵੀ ਸਿਰ ਤੇ ਟੁੱਟਦੀ ਨਹੀਂ ਹੈ ਸਰ। ਮੈਂ ਵਾਅਦਾ ਕੀਤਾ ਸੀ ਬਿਜਲੀ ਪੂਰੀ ਕਰੂੰਗਾ, ਹੋਇਆ ਕਿ ਨਹੀਂ? ਨਜ਼ਾਰਾ ਲਿਆ ਤਾ ਯਾਰ।